ਤੇ ਜਿਹੜੇ ਯਾਰ ਰਾਤ ਐਕਸੀਡੈਂਟ ਹੋਇਆ ਹਰੀਕੇ, ਹਾਂਜੀ, ਕਿੰਨੇ ਜਾਣੇ? ਪੰਜ ਜਾਣੇ ਸੀ, ਬ੍ਰਦਰ ਸੀ ਨਾਲ। ਅੱਛਾ, ਕੀ ਨਾਂ ਸੀ ਉਹਨਾਂ ਦਾ? ਬ੍ਰਦਰ ਬਲਵਿੰਦਰ ਸਿੰਘ ਸੀਗਾ। ਉਮਰ ਕਿੰਨੀ ਕੁ ਹੋਈ? ਉਮਰ ਇਹਨਾਂ ਦੀ 39 ਸਾਲ ਹੋ ਗਈ। ਕਿਹੜੇ ਜ਼ਿਲ੍ਹੇ ਦੇ ਰਹਿਣ ਵਾਲੇ ਆ? ਇਹ ਫਿਰੋਜ਼ਪੁਰ ਦੇ। ਪਿੰਡ ਕਿਹੜਾ ਉਹਨਾਂ ਦਾ? ਗੁੱਦਰ ਡੰਡੀ। ਅੱਛਾ, ਅਤੇ ਦੂਸਰੇ? ਦੂਸਰਾ ਕਰਮਜੀਤ ਮੁੰਡਾ ਸੀਗਾ, ਉਹ ਵੀ ਗੁੱਦਰ ਡੰਡੀ ਦਾ ਹੀ ਆ। ਠੀਕ ਹੈ, ਜਿਹਨਾਂ ਦੀ ਡੈਥ ਹੋ ਗਈ ਹੈ। ਠੀਕ ਹੈ, ਅਤੇ ਗੁਰਦੇਵ, ਇਹ ਵੀ ਗੁੱਦਰ ਡੰਡੀ ਦਾ, ਇਹ ਵੀ ਡੈਥ ਹੋ ਗਈ ਸੀ। ਅੱਛਾ, ਇੱਕ ਰੋਬਨਪ੍ਰੀਤ ਮੁੰਡਾ ਹੈਗਾ ਮੱਤੜ ਅਤਾੜਦਾ, ਇਹਦੀ ਵੀ ਮੌਕੇ 'ਤੇ ਡੈਥ ਹੋ ਗਈ। ਹੋਰ ਕਿੰਨੇ? ਰਾਜਵੀਰ ਸੀਗਾ ਫਿਰੋਜ਼ਪੁਰ ਤੋਂ, ਉਹਨਾਂ ਦੀ ਵੀ ਡੈਥ ਹੋ ਗਈ ਸੀ। ਕਿੰਨੇ ਜਣਿਆਂ ਦੀ ਡੈਥ ਹੋਈ ਹੈ? ਇਹ 4 ਜਣੇ ਦੀ। 4 ਜਣਿਆਂ ਦੀ ਹੋਈ ਹੈ? ਅਤੇ ਕਿੰਨਾ ਕੁ ਜਾਣ ਕੀ ਮੰਗ ਕਰੋਗੇ ਤੁਸੀਂ? ਕੋਈ ਨਹੀਂ, ਅਸੀਂ ਤਾਂ ਕਹਿੰਦੇ ਜਿਹੜੀ ਕਾਰਵਾਈ ਹੁੰਦੀ ਉਹ ਕਰਕੇ ਦੇ, ਤੁਹਾਨੂੰ ਲਾਸ਼ਾਂ ਦਿੱਤੀਆਂ ਜਾਣ, ਸੰਸਕਾਰ ਕਰ ਲਈਏ। ਅਸੀਂ ਡੈਡੀ ਬੋਡੀਆਂ ਹਸਪਤਾਲ ਆਉਣਾ। ਠੀਕ ਹੈ, ਇਹ ਕਿੱਧਰ ਨੂੰ ਜਾ ਰਹੇ ਸੀ? ਇਹ ਵਾਪਸ ਫਿਰੋਜ਼ਪੁਰ ਨੂੰ ਜਾ ਰਹੇ। ਹਾਂਜੀ ਸਰ, ਜਿਹੜਾ ਧੁੰਦ ਪੈਣ ਕਰਕੇ ਐਕਸੀਡੈਂਟ ਹੋਇਆ, ਇਹ ਕਿੰਨੇ ਜਣੇ ਦੀ ਡੈਥ ਹੋਈ ਆ ਅਤੇ ਕੀ ਮਸਲਾ ਸਰ? ਇੱਕ ਕ੍ਰੇਟਰ ਪੁਲ ਚੜ੍ਹ ਕੇ ਖਰਾਬ ਹੋ ਗਿਆ ਸੀਗਾ, ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਗਿਆ, ਉਹਦੇ ਵਿੱਚ ਵੱਜ ਗਿਆ ਜੀ। ਉਸ ਤੋਂ ਬਾਅਦ 12:15 ਰਾਤ ਗੁਰੂ ਸਾਹਿਬ ਇਲਾਕੇ ਦੇ ਮੁੰਡੇ ਸੀ, 5 ਸਵਿਫਟ ਕਾਰ 'ਤੇ ਸਵਾਰ, ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਿਹਾ ਸੀ। ਜ਼ਿਆਦਾ ਧੁੰਦ ਹੋਣ ਕਰਕੇ ਉਹ ਜਿਹੜੀ ਕਾਰ ਉਹ ਟਰਾਲੇ ਦੇ ਵਿੱਚ ਵੱਜ ਗਈ, ਉਹਦੇ ਟਰਾਲੇ ਦੇ ਵੱਜਣ ਕਰਕੇ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ ਬੰਦੇ ਸਾਰੇ, ਜਿਨ੍ਹਾਂ ਵਿੱਚੋਂ ਹਸਪਤਾਲ ਜਾ ਕੇ 34 ਦੀ ਮੌਤ ਹੋ ਗਈ ਆ, ਅਤੇ ਇੱਕ ਬੰਦਾ ਜਿਹੜਾ ਉਹ ਹਸਪਤਾਲ 'ਚ ਦਾਖਲ ਹੈ। ਸਰ, ਕਿੰਨੀ ਕੁ ਉਮਰ ਹੈ ਬੱਚਿਆਂ ਦੀ? ਤਕਰੀਬਨ ਸਾਰਿਆਂ ਦੀ 22-23 ਸਾਲ, 20 ਸਾਲ ਦੇ ਲਾਗੇ ਬੰਨੇ ਉਮਰ ਹੈ, ਸਾਰੇ ਮੁੰਡੇ ਨੌਜਵਾਨ ਸੀ। ਕੀ ਸਰ ਨਾਂ ਉਹਨਾਂ ਦਾ? ਇੱਕ ਤਾਂ ਕਰਨਜੀਤ ਸਿੰਘ ਹੈ ਜੀ, ਇੱਕ ਤਾਂ ਗੁਰਦੇਵ ਸਿੰਘ ਆ, ਇੱਕ ਰੋਗਨਪ੍ਰੀਤ ਸਿੰਘ, ਇੱਕ ਰਾਜਵੀਰ ਅਤੇ ਇੱਕ ਬਲਵਿੰਦਰ ਸਿੰਘ, ਇਹ ਸਾਰੇ ਗੁਰੂ ਸਾਹਿਬ ਏਰੀਏ ਦੇ ਬੰਦੇ ਆ, ਅਤੇ ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ। ਅਸੀਂ ਵੀ ਮੌਕੇ 'ਤੇ ਜਾ ਆਏ ਹਾਂ, ਜਿੱਦਾਂ ਦਾ ਉਹ ਬਿਆਨ ਲਿਖਾਉਣਗੇ ਉੱਦਾਂ ਦੀ ਕਾਰਵਾਈ। ਸਰ, ਅਗਲੀ ਕਾਰਵਾਈ ਕੀ ਅਮਲ 'ਚ ਲਿਆਉਂਦੀ ਜਾ ਰਹੀ ਹੈ? ਪਰਿਵਾਰ ਸਾਰੇ ਆਏ ਆ, ਉਹਨਾਂ ਦੇ ਬਿਆਨ ਲਿਖ ਕੇ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਕਾਰਨ ਕੀ ਹੈ ਸਰ? ਅਸਲ ਦੇ ਵਿੱਚ ਕਾਰਨ ਹੈ ਵੀ ਉਹ ਗੱਡੀ ਜਿਹੜੀ ਐਕਸੀਡੈਂਟ ਹੋਈ ਖਲੋਤੀ ਸੀਗੀ, ਅਤੇ ਦਰਾ ਦੇ ਇਹ ਕਾਰ 12:15 ਵਜੇ ਆਏ, ਉਹ ਧੁੰਦ ਬਹੁਤ ਜ਼ਿਆਦਾ ਸੀ, ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਗੱਡੀ ਅੱਗੇ ਐਕਸੀਡੈਂਟ ਹੋਈ ਖਲੋਤੀ ਹੈ। ਧੁੰਦ ਦਾ ਕਾਰਨ ਹੈ ਜੀ।